ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਅਤੇ ਤੁਹਾਡੀ ਵੱਡੀ ਫਰਮਾਇਸ਼ ਹੈ ਵੀ ਆਂਵਲੇ ਦਾ ਅਚਾਰ ਦਿਖਾਓ। ਦੇਖੋ, ਆਂਵਲਿਆਂ ਦਾ ਅਚਾਰ ਪਤਾ ਨਹੀਂ ਲੋਕ ਕਿੰਨੀ ਤਰ੍ਹਾਂ ਪਾਉਂਦੇ ਨੇ, ਟਿੱਕਦਾ ਬਹੁਤ ਥੋੜ੍ਹੀ ਤਰ੍ਹਾਂ ਨੇ, ਪਰ ਇਹ ਜਿਹੜਾ ਮੈਂ ਅੱਜ ਅਚਾਰ ਦਿਖਾ ਰਹੀ ਹਾਂ, ਮੈਂ ਨਹੀਂ ਕਦੀ ਵੀ ਇਹ ਪਾਇਆ ਪਹਿਲਾਂ, ਅਤੇ ਜਿਹੜਾ ਕਿ ਮੈਨੂੰ ਪਤਾ ਹੋਵੇ ਇਹ ਟਿੱਕ ਜਾਂਦਾ, ਪਰ ਜਿਹਨੇ ਪਾਇਆ ਉਹ ਕਹਿ ਰਹੇ ਨੇ ਵੀ ਇਹ ਅਚਾਰ ਜਿਹੜਾ ਸਾਲ ਭਰ ਵੀ ਖਰਾਬ ਨਹੀਂ ਹੁੰਦਾ। ਮਤਲਬ ਸਾਲ ਭਰ ਦਾ ਤਾਂ ਇਹ ਹੋ ਗਿਆ ਵੀ ਕਦੀ ਵੀ ਨਹੀਂ ਹੁੰਦਾ, ਕਿਉਂਕਿ ਸਾਲ ਬਾਅਦ ਤਾਂ ਆਂਵਲੇ ਫਿਰ ਮਿਲ ਜਾਣੇ ਨੇ। ਪਰ ਮੇਰੇ ਹਿਸਾਬ ਨਾਲ ਮੈਂ ਇੱਕ ਗੱਲ ਕਹਿੰਦੀ ਹੁੰਦੀ ਹਾਂ ਵੀ ਅਚਾਰ ਮੌਸਮ ਦੇ ਵਿੱਚ ਹੀ ਖਾ ਲਓ, ਕੀ ਲੋੜ ਪਈ ਇੰਨਾ। ਹੁਣ ਆਪਾਂ ਆਂਵਲੇ ਦਾ ਖਾਂਦੇ ਪਏ ਹਾਂ, ਫਿਰ ਗਾਜਰ ਅਤੇ ਗੋਭੀ ਦਾ ਬਥੇਰਾ, ਉਸ ਤੋਂ ਬਾਅਦ ਜਰਾ ਕੁ ਇਹ ਖਤਮ ਹੁੰਦਾ ਅਤੇ ਅੰਬ ਆ ਜਾਂਦੇ ਨੇ, ਨਿੰਬੂ। ਅਤੇ ਮਤਲਬ ਇਹ ਵੇ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਅਚਾਰ ਨੂੰ ਹੀ ਇੱਦਾਂ ਰੱਖਣਾ, ਪਰ ਚਲੋ ਕੋਈ ਨਹੀਂ, ਜਿਵੇਂ ਤੁਸੀਂ ਆਖਦੇ ਹੋ ਆਪਾਂ ਦਿਖਾ ਦਿੰਦੇ ਹਾਂ। ਦਿਖਾਓ ਜੀ ਇੱਧਰ, ਇਹ ਤਾਂ ਹੈਗੇ ਨੇ ਸਾਡੇ ਆਂਵਲੇ, ਦੇਖੇ ਨਾ ਆਂਵਲੇ, ਆਂਵਲੇ ਜਿਹੜੇ ਨੇ ਇਹਨਾਂ ਨੂੰ ਧੋ ਲਿਆ ਅਸੀਂ ਚੰਗੀ ਤਰ੍ਹਾਂ ਨਾਲ, ਅਤੇ ਇਹ ਡੰਡੀ ਜਿਹੜੀ ਹੈ ਕੱਢਣੀ ਚਾਹੋ ਤਾਂ ਕੱਢ ਦਿਓ ਇੱਦਾਂ ਕਰਕੇ, ਅਤੇ ਇਹਨੂੰ ਨਾ ਇੱਦਾਂ ਹੀ ਸਾਬਤੇ ਆਂਵਲਿਆਂ ਨੂੰ ਨਾ ਆਪਾਂ ਇਹਦੇ ਵਿੱਚ, ਮੈਂ ਸਿਰਫ ਇੱਥੇ ਦਿਖਾਉਣਾ ਹੈ ਕਿਉਂਕਿ ਮੈਂ ਪ੍ਰੋਸੀਜਰ ਕਰ ਚੁੱਕੀ ਹਾਂ, ਅਤੇ ਤੁਸੀਂ ਸਿਰਫ ਇਹ ਵੇਖ ਲਓ ਵੀ ਕਿਵੇਂ ਕਰਨਾ ਮੈਂ। ਅਤੇ ਇਹ ਜਿਹੜੇ ਆਂਵਲੇ ਆ ਨਾ ਸਾਫ਼ ਕਰਕੇ, ਇਹ ਜਿਹੜਾ ਵਿੱਚੋਂ ਹੈ ਨਾ ਇਹਨੂੰ ਕੱਢ ਦੇਣਾ, ਅਤੇ ਕੱਢ ਕੇ ਅਤੇ ਇਹਨਾਂ ਨੂੰ ਇੱਦਾਂ ਕਰਕੇ ਤੁਸੀਂ ਜਿੰਨੇ ਆਂਵਲੇ ਪਾਉਣਾ ਚਾਹੁੰਦੇ ਹੋ ਇਹਦੇ ਵਿੱਚ ਪਾ ਕੇ, ਅਤੇ ਇੱਕ ਜਿਹੜਾ ਇਹ ਪੋਣਾ ਹੈ ਨਾ ਇਹਨੂੰ ਨਾ ਇੱਦਾਂ ਹੀ ਭਿਗੋ ਲੈਣਾ, ਨਿਚੋੜ ਲੈਣਾ, ਘੱਟ ਘੱਟ ਨਿਚੋੜ ਲੈਣਾ, ਔਰ ਇਹਦੇ ਵਿੱਚ ਅਸੀਂ ਇੱਦਾਂ ਰੱਖ ਦੇਣਾ, ਰੱਖ ਕੇ ਅਤੇ ਇਹਨੂੰ ਬੰਦ ਕਰਕੇ, ਅਤੇ ਜਦੋਂ ਪ੍ਰੈਸ਼ਰ ਬਣ ਗਿਆ ਤਾਂ ਇਹਨੂੰ ਸਿਮ 'ਤੇ ਕਰ, ਇੱਧਰ ਦਿਖਾਓ ਜੀ, ਇਹ ਸਿਮ 'ਤੇ ਕਰ ਦੇਣਾ, ਸਿਮ 'ਤੇ ਕਰਕੇ ਅਤੇ 10 ਮਿੰਟ ਰੱਖੋਗੇ ਤਾਂ ਇਹ ਸਟੀਮ ਜੇ ਹੋ ਜਾਣਗੇ। ਦਿਖਾਨੀ ਅੱਗੋ ਕਿਵੇਂ ਹੋਏ ਸਟੀਮ। ਜਦੋਂ ਮੈਂ ਕੁੱਕਰ ਦੇ ਵਿੱਚੋਂ ਫਿਰ ਤੁਹਾਨੂੰ ਦੱਸਿਆ, ਅਤੇ ਫਿਰ ਮੇਰੇ ਆਂਵਲੇ ਜਿਹੜੇ ਨੇ ਇੱਦਾਂ ਆਪਣੇ ਆਪ ਹੀ ਫਾੜੀਆਂ ਹੋ ਜਾਂਦੇ ਨੇ, ਫਾੜੀਆਂ ਹੋ ਜਾਂਦੇ ਨੇ ਜਦੋਂ, ਅਤੇ ਅਸੀਂ ਕੀ ਕਰਨਾ ਇਹਨੂੰ, ਅਸੀਂ ਧੁੱਪ, ਮੈਂ ਇਹ ਪ੍ਰੋਸੀਜਰ ਕੱਲ੍ਹ ਕਰ ਲਿਆ ਸੀ, ਅਤੇ ਮੈਂ ਧੁੱਪ 'ਚ ਰੱਖ ਲਿਆ, ਕਹਿੰਦੇ ਨੇ 2 ਦਿਨ ਦੀ ਧੁੱਪ ਲਵਾ ਲਓ, ਅਤੇ ਮੈਂ ਕੱਲ੍ਹ ਵੀ ਲਵਾਈ ਅਤੇ ਅੱਜ ਵੀ ਜਿਹੜੀ ਹੈ ਸਵੇਰੇ ਉੱਠ ਕੇ ਲਵਾ ਲਈ ਹੈ, ਜਿਸਲ ਦੀ ਧੁੱਪ ਚੜ੍ਹੀ ਹੋਈ ਹੈ। ਇਹਨਾਂ ਸਾਰਿਆਂ ਦੀਆਂ ਗਿਟਕਾਂ ਜਿਹੜੀਆਂ ਨੇ ਕੱਢ ਕੇ ਅਤੇ ਫਾੜੀਆਂ ਅਸੀਂ ਅਲੱਗ ਕਰ ਲਾਂਗੇ। ਇਹ ਸਾਰੀਆਂ ਗਿਟਕਾਂ ਕੱਢ ਕੇ ਅਤੇ ਮੈਂ ਫਾੜੀਆਂ ਜਿਹੜੀਆਂ ਨੇ ਉਹ ਕਰ ਲਈਆਂ ਨੇ, ਦੇਖੋ ਕਿੰਨੀਆਂ ਸੋਹਣੀਆਂ ਫਾੜੀਆਂ ਹੋ ਗਈਆਂ ਨੇ। ਇਸੇ ਤਰ੍ਹਾਂ ਹੀ ਕੈਂਡੀ ਬਣਦੀ ਹੋਣੀ ਹੈ, ਮੈਨੂੰ ਨਹੀਂ ਪਤਾ, ਪਰ ਇਹ ਫਾੜੀਆਂ ਹੋ ਗਈਆਂ ਨੇ। ਹੁਣ ਆਪਾਂ ਇਹਦਾ ਪਾਉਂਦੇ ਹਾਂ ਅਚਾਰ। ਲਓ ਜੀ, ਮੈਂ ਨਾ ਆ ਗਈ ਹਾਂ ਬਾਹਰ ਆਪਣੀ ਗੈਲਰੀ 'ਚ, ਕਿਉਂਕਿ ਨਾ ਸਮੈਲ ਆਉਂਦੀ ਹੈ ਅੰਦਰ ਜੇ ਅਸੀਂ ਤੇਲ ਜਲਾਉਂਦੇ ਹਾਂ, ਇਸ ਕਰਕੇ ਆਪਾਂ ਬਾਹਰ ਹੀ ਕਰਦੇ ਹਾਂ ਥੋੜ੍ਹੀ ਕੁਕਿੰਗ। ਇਹ ਜਿਹੜਾ ਜੀਰਾ ਨਾ ਜੀ, ਇਹ ਆਪਾਂ ਲੈ ਲੈਂਦੇ ਹਾਂ ਚਮਚ, ਮੇਰਾ ਹਲਦੀ 'ਚ ਪਾ ਤਾ ਅਤੇ ਕੀ ਬਣੇਗਾ ਮੇਰਾ। ਲਓ ਜੀ, ਇਹ ਜੀਰਾ ਅਸੀਂ 2 ਚਮਚ ਜਿਹੜਾ ਹੈ ਉਹ ਇਹਦੇ 'ਚ ਪਾ ਦਿੰਦੇ ਹਾਂ। ਇਹਨੂੰ ਤਾਂ ਸਟਾਰਟ ਕਰੋ ਭੈਣ ਜੀ, ਕਿੱਥੋਂ ਸੀਗਾ 120। ਇਹ ਅਸੀਂ ਇਹਦੇ ਵਿੱਚ 2 ਚਮਚ ਵੱਡੇ ਵਾਲੇ ਭਰ ਕੇ ਲੈ ਲਿਆ ਜੀਰਾ। ਆਂਵਲੇ ਤਾਂ ਸਾਡੇ ਹੁਣ ਮੈਨੂੰ ਨਹੀਂ ਪਤਾ ਉਹ ਕਿੰਨੇ ਸੀਗੇ ਨਾਪ ਤੋਲ, ਅਤੇ ਫਿਰ ਅਸੀਂ ਇਹਦੇ 'ਚ ਥੋੜ੍ਹੀਆਂ ਜਿਹੀਆਂ, ਇਹ ਨਾ ਸਾਰਾ ਮਸਾਲਾ ਜਿਹੜਾ ਹੈ ਨਾ ਰੋਸਟ ਕਰ ਲੈਣਾ, ਥੋੜ੍ਹੇ ਜਿਹੇ ਦਾਣੇ ਮੈਂ ਪਾ ਲਏ ਨੇ ਕਾਲੀ ਮਿਰਚ ਦੇ, 2 ਕੁ ਪਾ ਲਈਆਂ ਨੇ ਇਲਾਚੀਆਂ, ਅਤੇ ਇਹ ਜੇ ਮੇਥੇ, ਮੇਥੇ ਸਵਾਦ ਲੱਗਦੇ ਇਹਦੇ ਵਿੱਚ, ਇਹਨੂੰ 2 ਚਮਚ ਭਰ ਕੇ ਮੇਥੇ ਦੇ ਪਾ ਲਏ ਨੇ। ਇਹਨਾਂ ਸਾਰਿਆਂ ਨੂੰ ਅਸੀਂ ਆਹਿਸਤਾ ਆਹਿਸਤਾ ਰੋਸਟ ਕਰ ਲੈਣਾ। ਇੱਦਾਂ ਹੀ ਅਸੀਂ ਇੱਕ ਟੁਕੜਾ ਲੈ ਲਿਆ ਦਾਲਚੀਨੀ, ਦਾਲਚੀਨੀ ਦਾ ਇੱਕ ਟੁਕੜਾ ਕਾਫੀ ਹੈ, ਜ਼ਿਆਦਾ ਦਾਲਚੀਨੀ ਦਾ ਫਿਰ ਟੇਸਟ ਆਉਣਾ, ਸਵਾਦ ਮਤਲਬ ਵੀ ਉਹ ਤਾਂ ਚੰਗੀ ਹੈ ਸਿਹਤ ਵਾਸਤੇ ਤਾਂ, ਪਰ ਫਿਰ ਟੇਸਟ ਜ਼ਿਆਦਾ ਆ ਜਾਂਦਾ। ਇਹਨੂੰ ਚਮਚ ਨਾਲ ਨਹੀਂ ਪਾਉਣਾ, ਇਹ ਵੀ ਗਿਣ ਕੇ 5-6 ਮੈਂ ਲੌਂਗ ਪਾ ਦਿੱਤੇ, ਇਸ ਤੋਂ ਵੱਧ ਨਹੀਂ ਪਾਉਣੀ, ਜ਼ਿਆਦਾ ਜਿਹੜੇ ਮਸਾਲੇ ਹੈ ਉਹ ਫਿਰ ਜ਼ਿਆਦਾ ਤੇਜ਼ ਹੋ ਜਾਂਦੇ ਹੈ, ਅਚਾਰ ਦਾ ਆਪਣਾ ਸਵਾਦ ਖਰਾਬ ਹੋ ਜਾਂਦਾ। ਸੋ ਅਸੀਂ ਇਹ ਸਾਰਾ ਕੁਝ ਭੁੰਨ ਕੇ ਅਤੇ ਇਹਨੂੰ ਇੱਕ ਵਾਰੀ ਮੈਂ ਕਰਤਾ ਬੰਦ, ਬਹੁਤ ਥੋੜ੍ਹਾ, ਜਸਟ ਇਹਨੂੰ ਆਪਾਂ ਉਹੀ ਕਰਨਾ ਗਰਮ ਵਰਗਾ ਹੀ, ਅਤੇ ਇਹਨੂੰ ਅਸੀਂ ਪਾ ਲੈਂਦੇ ਹਾਂ
इस जार विच ते पीस लांगे मिक्सी दे उदे विच। हुण असी 3 चम्मच जड़े हैं सौंफ दे जड़े हैं वो भी इनू भुन लांगे। सौंफ बहुत थोड़ी भुननी है, भुनी हुई सौंफ जड़ी बहुत ज़्यादा जलानी नहीं है ना, मैं उदे नाल भुननी है। इनू भी असी भुन के ते उदे विच ही पीस लांगे। असी 2 कड़छियां सरों के तेल दियां लाँगे, 2 कड़छियां के बराबर, ठीक है जी। यह देखो तकरीबन 2 कड़छियां हो गया, तो इनू असी जड़ा वे तेल नू जला लाँगे थोड़ा जा। ये साडा जड़ा मसाला सी ओ दरड़ फरड़ असी कर लिया, वधिया वाला दरड़ फरड़ देखो हो गया। मैं हाथ ला के देख रही हूँ, बहुत वधिया। तो ये मसाला जड़ा असी तैयार कर लिया, तो तेल जड़ा वे वो साडा हो गया, जलन लग गया वे। बिल्कुल सड़िया हुआ तेल एकदम नहीं पाना, इनू थोड़ा जहा ठंडा करके फिर असी पाने हैं मसाले चम्मच गया, पर इनू असी 1 मिनट लई ठंडा भी करांगे। मसाले जड़े सी इहदे च इन्नी खुशबू आ रही है, ये बहुत सोहने सड़े हुए मसाले सी, सड़िया हुआ तेल है ते भुजे हुए मसाले ने, पर मैनू फिर ज़्यादा लग रहे ने, मैं पूरे नहीं पावांगी और इनू एक बार असी रोकांगे भी साडा जड़ा मसाला है वो जले ना, ठीक है ना जी। ये जड़ा मसाला है हुण असी इहदे विच ऐड करांगे नमक ते मिर्च। मिर्चा मैं पाइया, तुसी अपने टेस्ट मुताबक पाओ, जरा क हल्दी पाई, फिर असी नमक पाया। नमक तो पेगा, नमक नहीं इनू बचाना है। लो जी ये पाता नमक पाता, तो ये हैगी है काली मिर्च, थोड़ी जी काली मिर्च, वैसे असी उधर भी पाई सी, थोड़ी जी होर पाई। हुण साडे कोल एक गुड़ है कुट्टिया होया, असी इनू भी इहदे विच ही ऐड करांगे। ऐड करके इधरों बिल्कुल बंद कर देना ताकि कुछ भी साडा जले ना, ते पानी नहीं बिल्कुल भी पाना, ना गुड़ नूं पंगारन वास्ते ना वैसे। असी कल दे ये सुकाई जा रहे हैं। अच्छा एक और टिप दे दें, जे बाई चांस धुप नहीं हुंदी तां इहनूं तुसी मेरे ख्याल विच, मैं ते कर लैनी हां, इहनूं आपां माइक्रोवेव विच वी इदां थोड़ा ज्यादा पानी सुका सकते हैं। हुण ये सारा गुड़ जदों पिघल जाएगा, पिघल रहा है तो मेरा गैस जड़ा है थले बंद है, असी वो बंद किया होया वे। तेल ते मसाले ते गुड़ सब कुछ जड़ा है वो हो रहा है। साड़ी फ्लेम असी बंद ही की हुई है, उन्हों नहीं असी दोबारा चला रहे, और इनू असी गुड़ पिघल गया, असी यदि कोई पत्त नहीं पकानी, कुछ नहीं करना, जस्ट इनू असी हिलाना है, हिला के चंगी तरह नाल। ते देखो आमले तो गल गए उहदे नाल ही, स्टीम नाल ही है। ते ए असी विच सारे मसाले पा दिते ने, जिथों मैनूं सुनेहा आया वह तो ये कह रहे ने, वह तो कह रहे ने ये अचार भावें पाई साल पै रहे खराब नहीं होंदा, पर मेरा फर्स्ट एक्सपीरियंस है, मैं थोड़ा इसे करके पाया भी लेट अस चेक भी खराब हुंदा है या नहीं हुंदा, ये पता लगेगा आपनूं। लेकिन इहदा प्रोसीजर जड़ा वे वो यही है, गुड़ जड़ा वे वो तुसीं इहदा प्रिजर्वेटिव भी है, ते थोड़ी जी खटास नूं भी जड़ा जिन्ना ज़्यादा है आंवला खट्टा हुंदा है उसनों भी थोड़ा जहा घट करता है, ठीक है जी। तो असी 1 मिनट जरा रुको, मैं जरा चेक भी करती हाँ भी की कुछ घट वाता नहीं। पहले थले चक्की आप देखो जी मसाला कितना सोहना सोहना लग रहा है ना, मसाला बहुत प्यारा लग रहा है, इंज लग रहा जिमें खट्टा मिठा अचार पाया हो, खट्टा मिठा तो आप ही हो गया, मिठा तो पाया आप। तो लो जी आप खा के देखिए, वैसे आंवला खाना बहुत औखा है खट्टा, तो पर मैं जरा कु ठंडा करके देख लैनी हाँ नमक मिर्च। वाह स्वाद तो बहुत है, इन्हें मैं पता टिकेगा कि नहीं टिकेगा, पर
ਕਹਿਣ ਵਾਲੇ ਇਹੀ ਕਹਿੰਦੇ ਨੇ ਵੀ ਇਹ ਟਿਕਦਾ ਪਰ ਮੈਨੂੰ ਥੋੜ੍ਹਾ ਜਿਹਾ ਜੇ ਮੈਂ ਇਹਦੇ 'ਚ ਲੂਣ ਹੋਰ ਪਾ ਦਿਆਂ ਨਾ ਇੱਕ ਚਮਚ ਪਾਇਆ ਸੀ ਔਰ ਇਹ ਅੱਧਾ ਕੁ ਚਮਚ ਦਾ ਵਾਰਾ ਮੈਂ ਹੋਰ ਪਾਇਆ ਤਾਂ ਕਿ ਇਹ ਜ਼ਿਆਦਾ ਖੱਟਾ ਨਾ ਲੱਗੇ ਤਾਂ ਕਰਕੇ ਨਮਕ ਜਿਹੜਾ ਹੈ ਉਹ ਪਾਇਆ ਲਓ ਜੀ ਇਹ ਸੀਗਾ ਕਦੇ ਨਾ ਖਰਾਬ ਹੋਣ ਵਾਲਾ ਅਚਾਰ ਪਾਓ ਪਰ ਇੱਕ ਵਾਰੀ ਥੋੜ੍ਹਾ ਪਾ ਕੇ ਵੇਖੋ ਤਾਂ ਕਿ ਤੁਹਾਡਾ ਐਕਸਪੀਰੀਅੰਸ ਜਿਹੜਾ ਹੈ ਉਹ ਵਧੀਆ ਹੋਵੇ ਇਹਨੂੰ ਹੁਣ ਬਿਲਕੁਲ ਠੰਡਾ ਕਰਨ ਤੋਂ ਬਾਅਦ ਆਪਾਂ ਜਿਹੜਾ ਜਾਰ 'ਚ ਪਾ ਦਿਆਂਗੇ ਅੱਜ ਦੇ ਅਚਾਰ ਦੀ ਵੀਡੀਓ ਨੂੰ ਮੇਰੀ ਰਿਕੁਐਸਟ ਹੈ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਪੰਜਾਬੀ ਪੰਜਾਬੀਅਤ ਵਾਸਤੇ ਜੀਵੀਏ ਅਤੇ ਆਪਣੀਆਂ ਚੀਜ਼ਾਂ ਦਾ ਪ੍ਰਚਾਰ ਕਰੀਏ ਬਹੁਤ ਸ਼ੁਕਰੀਆ ਮਿਹਰਬਾਨੀ